जट दी मशूक बीबा रशिया तो आओ जट दी मशूक बीबा रशिया तो सुन दी नी बोलती है लिया ता सामने मेरे एक वरी बोलन दे नाल नाल सुनन भी ला दूं की गल बड़े शांत जे बैठे हो अच्छा मैं एक गल पूछनी सी तुसी ओदा जवाब हां या ना च देना है छड दे खड़ा ओदा की है यार हुणे ना गल्लां दा करन दा की फायदा निकल गई है मेरे दिल चो हुण अच्छा फस गई ना कुंडी एदा मतलब सीगी कोई दिल च मैं तो शराब दे बारे गल कर रही सीगी दसो हुण कौन सीगी मैं भी शराब दे बारे ही गल कर रहा जी मैं सुना जो अपना रिश्ता होया सीगा साढ़े दो तीन विचोले सीगे आहो तीन सीगे विचोले ओ क्यों एक कोलो गल नहीं बनदी सी ताही दोनों तीनों ने मिलके मेरा बेड़ा गर्क किया सी सवेर दा निकलिया हुण वड़िया किथे सी ओ मैं गवांडण नाल फिल्म देखण गया सी की ਗਵੰਡਣ ਨਾਲ ਸ਼ਰਮ ਨਹੀਂ ਆਈ ਤੈਨੂੰ ਸ਼ਰਮ ਵਾਲੀ ਕਿਹੜੀ ਗੱਲ ਆ ਅੱਜ ਕੱਲ ਦੀਆਂ ਫਿਲਮਾਂ ਫੈਮਿਲੀ ਨਾਲ ਦੇਖਣ ਵਾਲੀਆਂ ਤਾਂ ਹੈ ਨਹੀਂ ਚੱਕਰ ਚੱਲਦਾ ਮੇਰਾ ਕਿਤੇ ਕੀ ਕਿਹਾ ਦੁਬਾਰੇ ਦੱਸਣ ਨਾਲ ਚੱਕਰ ਵਾਪਸ ਥੋੜੀ ਮੁੜੇ ਆਉਣੇ ਜਦ ਮੈਂ ਇੱਕ ਵਾਰੀ ਕਿਹਾ ਚੱਕਰ ਚੱਲਦਾ ਤਾਂ ਬਸ ਚੱਲਦਾ ਸਾਲੀ ਗੰਦੀ ਔਲਾਦ ਨਾ ਮੈਂ ਜ਼ਰਾ ਸਵਾਦ ਮੈਂ ਤੇਰੇ ਹੱਥ ਤੋੜ ਦੇਣੇ ਜੇ ਮੇਰੇ ਮੂਰੇ ਹੁਣ ਆਏ ਕੀਤਾ ਪਿੱਠ ਪਿੱਛੇ ਕਰਾ ਸਾਲੇ ਡਮਰੂਆ ਜਿਹੜਾ ਪਿੱਛੇ ਵਜਾਉਣਾ ਮੇਰੀ ਸਾਰੀ ਕੁੜੀਆਂ ਨੂੰ ਬੇਨਤੀ ਆ ਕਿ ਯਾਰ ਮੈਨੂੰ ਮੈਸੇਜ ਕਰਕੇ ਤੰਗ ਨਾ ਕਰਿਆ ਕਰੋ ਮੈਂ ਇੱਕ ਵਿਆਹਿਆ ਹੋਇਆ ਬੰਦਾ ਆ ਯਾਰ I am married. ਮੈਂ ਤਾਂ ਪਹਿਲਾਂ ਹੀ ਤੰਗ ਆ ਸਵੇਰ ਦਾ ਨਿਕਲਿਆ ਹੁਣ ਵੜਿਆ ਕਿੱਥੇ ਸੀ ਉਹ ਮੈਂ ਗਵਾਂਡਣ ਨਾਲ ਫਿਲਮ ਦੇਖਣ ਗਿਆ ਸੀ ਕੀ ਗਵਾਂਡਣ ਨਾਲ ਸ਼ਰਮ ਨਹੀਂ ਆਈ ਤੈਨੂੰ ਸ਼ਰਮ ਵਾਲੀ ਕਿਹੜੀ ਗੱਲ ਆ ਅੱਜ ਕੱਲ ਦੀਆਂ ਫਿਲਮਾਂ ਫੈਮਿਲੀ ਨਾਲ ਦੇਖਣ ਵਾਲੀਆਂ ਤਾਂ ਹੈ ਨਹੀਂ ਸੁਣੋ ਮੇਰੇ ਭਰਾ ਦੇ ਵਾਸਤੇ ਨਾ ਰਿਸ਼ਤਾ ਆਇਆ ਤੇ ਕੁੜੀ ਬੜੀ ਸੋਹਣੀ ਆ ਤੇ ਕੁੜੀ ਦਾ ਰੰਗ ਤਾਂ ਜਮਾ ਹੀ ਚਿੱਟਾ ਆ ਹਾਂ ਕਰ ਦਈਏ ਉਹ ਨਾ ਨਾ ਕਦੇ ਵੀ ਗੋਰਾ ਰੰਗ ਦੇਖ ਕੇ ਵਿਆਹ ਨਾ ਕਰਾਓ ਉਹ ਕਿਉਂ ਸੁਣੋ ਮੈਨੂੰ ਇੱਕ ਸਵਾਲ ਦਾ ਜਵਾਬ ਦੱਸੋਗੇ ਕੀ ਉਹ ਕਿਹੜਾ ਜਾਨਵਰ ਹੁੰਦਾ ਆ ਜਿਹੜਾ ਪਹਿਲਾਂ ਸ਼ਿਕਾਰ ਨੂੰ ਆਪਣੇ ਕਬਜ਼ੇ ਚ ਕਰਦਾ ਤੇ ਬਾਅਦ ਚ ਉਹਨੂੰ ਤੜਪਾ ਤੜਪਾ ਕੇ ਮਾਰਦਾ ਆ ਉਹ ਪੜ੍ਹਾਈ ਕਰ ਲਾ ਕਦੀ ਬੁੱਕ ਖੋਲੀ ਵੀ ਆ ਤੂੰ ਕੋਈ ਰੋਜ਼ ਖੋਲੀ ਆ ਕਿਹੜੀ ਖੋਲਦਾ ਹੁਣ ਫੇਸਬੁੱਕ